ਲਓ ਜੀ ਮਿੱਤਰੋ, ਸਵਾਗਤ ਹੈ ਦਸ ਦਿਨ ਵਲੋਗ ਦੇ ਵਿੱਚ। ਅੱਜ ਦਾ ਵਲੋਗ ਸਟਾਰਟ ਤਾਂ ਅਸੀਂ ਕਰਨ ਲੱਗੇ ਹਾਂ, ਪਰ ਐਂਡਿੰਗ ਮੇਰਾ ਕਰੂੰਗਾ। ਨੀਰਜ ਸਾਈਕਲ ਦੇਖੋ। ਨਹੀਂ ਮੈਂ ਦਿਖਾਉਣਾ ਨਹੀਂ ਚਾਹਤਾ। ਇੱਕ ਵਾਰੀ ਦੇਖੋ। ਨਹੀਂ ਮੈਂ ਦਿਖਾਉਣਾ ਨਹੀਂ ਚਾਹਤਾ। ਇੱਧਰ ਦਿਖਾ ਦਿਓ। ਮਾਸਕ ਲਗਾ ਲਿਆ ਮੇਰੇ ਵੀਰੋ। ਸ਼ਕਤੀਵਾਨ ਕਹਿੰਦੇ ਗੱਡੀ ਚਲਾਉਣ ਵੇਲੇ ਅੱਖਾਂ ਨਹੀਂ ਖੁੱਲਦੀ ਤੇ ਧੂੰਆਂ ਬਹੁਤ ਵੱਡਦਾ ਸੀ। ਨਹੀਂ ਮਿੱਟੀ ਚਲਾਉਂਦੇ ਮਤਲਬ ਸਿੱਧੀ ਧੁੱਪ ਪੈਂਦੀ ਆ, ਇਸ ਕਰਕੇ ਆਪਾਂ ਨੂੰ ਮਾਸਕ ਲਾ ਕੇ ਕਹਿ ਗਏ। ਮਿੱਟੀ ਚਲਾਉਂਦੇ ਮਿੱਟੀ ਚਲਾਉਂਦੇ ਸਿੱਧੀ ਧੁੱਪ ਪੈਂਦੀ ਆ, ਮਿੱਟੀ ਨਹੀਂ ਕਰਦੀ। ਵਲੌਗ ਖਰਾਬ ਕਰ ਰਹੇ ਆ। ਹੋਰ ਕੋਈ ਬੋਲਣਾ? ਮਤਲਬ ਕਿਆ ਹੈ ਰੇ? ਸਾਰੀ ਕਾਲੇ ਕਾਲੇ ਬਣੀ ਮਿਲਦੇ। ਮੈਂ ਲੂਵਰ ਮੈਂ ਨੀ ਕੱਚ ਕਾਲਾ ਆਇਆ, ਮੈਂ ਕੱਲ ਕਾਲਾ ਕਾਲਾ ਆਇਆ। ਚਲੋ ਗਾਈਸ, ਅੱਜ ਆਪਾਂ ਮੈਂ ਦਿਖਾਣੀ ਨੀ, ਤੂੰ ਜਾ। ਤੈਨੂੰ ਵਲੌਗ ਨਹੀਂ ਬਣਾਉਣਾ ਆਉਂਦਾ ਯਾਰ, ਤੈਨੂੰ ਵਲੌਗ ਨਹੀਂ ਬਣਾਉਣਾ ਆਉਂਦਾ, ਜਾ ਤੂੰ। ਮਤਲਬ ਇਹ ਬਣਾ ਰਿਹਾ ਸੀਗਾ, ਮਤਲਬ ਇਹਨੇ ਆਉਂਦੇ ਰਿਐਕਸ਼ਨ ਅਸੀਂ ਬਹੁਤ ਛੱਡੇ ਇਹਦੇ ਪਾਇਆ ਹੋਇਆ। ਅਬੇ ਅਭੀ ਵੀਕ ਨਹੀਂ ਹੈ ਬੇ, ਜਾ ਯਹਾਂ ਸੇ। ਛੁੱਟੇ ਨਹੀਂ ਹੈ ਅਭੀ, ਛੁੱਟੇ ਨਹੀਂ ਹੈ ਅਭੀ, ਤੁਹਾਡੇ ਪਾਸ 10 ਰੁਪਏ ਨਹੀਂ ਹੈ। ਖੁੱਲੇ ਪੈਸੇ ਨਹੀਂ ਹੈਗੇ ਯਾਰ। ਗਾਉਂ ਬਸ ਚਲੋ ਗਾਈਸ, ਬਹੁਤ ਬਕਵਾਸ ਹੋ ਗਈ ਗਾਈਸ, ਹੁਣ ਆਪਾਂ ਗਾਈਸ ਕਿਹਾ ਕਰਨਾ। ਗਾਈਸ ਆਪਾਂ ਹੁਣ ਸੀਰੀਅਸ ਹੋ ਗਏ ਗਾਈਸ, ਤੁਹਾਨੂੰ ਦਿਖਾਉਂਦੇ ਆ ਪਿੱਛੇ ਜਾ ਕੇ ਗਾਈਸ ਕੀ ਹੋ ਰਿਹਾ। ਇਹਨੂੰ ਪਹਿਲੇ ਚਾਬੀ ਤੇ ਇਹਨੂੰ ਕਹਿੰਦੇ ਡੱਬਾ, ਇਹਦੇ ਵਿੱਚ ਖਾਣ ਚ ਮੜ ਰੱਖਣ ਚ ਮੜ ਜੇ ਦਿੱਕਤ ਆ ਜਾਂਦੀ ਆ, ਫਿਰ ਅਸੀਂ ਜਿੰਨਾ ਗੇੜਾ ਲਾਉਣਾ ਹੁੰਦਾ ਗੇੜਾ ਜਿੰਨਾ ਲੱਗ ਜਾਂਦਾ ਅਸੀਂ ਓਨਾ ਕੁ ਰੱਖ ਲੈਂਦੇ ਆ। ਜਿਮ ਵਾਲੇ ਬੰਦੇ ਡੋਲਾ ਚੱਕ ਕਰੋ, ਪੰਪ ਹੋਇਆ ਹੋਇਆ ਡੋਲਾ ਤੇ ਖੋਰੋ ਮਾਸ ਫਟਿਆ ਹੋਇਆ। ਹਰੀ ਟਰੱਕ ਵਲੌਗ ਚੈਨਲ ਹੈ, ਸਬਸਕ੍ਰਾਈਬ ਕਰ ਲੈਣਾ, ਠੀਕ ਹੈ? ਕਹਿ ਦੋ ਲਾਈਕ ਕਰ ਦੋ, ਹਾਂ ਆਪ ਵੀ ਕਹਿ ਦੋ, ਆਪ ਕਹਿ ਦੋ ਸਬਸਕ੍ਰਾਈਬ ਕਰ ਦੋ, ਹਾਂ। ਚਲੋ ਮਿੱਤਰੋ, ਹੁਣ ਗੱਡੀ ਕੰਡਾ ਲੈ ਕੇ ਕੰਡਾ ਕਰਾਉਣ ਚੱਲਦੇ ਹਾਂ। ਹੈਲੋ ਜੀ ਮਿੱਤਰੋ, ਗੱਡੀ ਆਹ ਕੰਡੇ ਜਾਣੀ ਸੀ, ਸਾਹਮਣੇ ਹੀ ਆ।
ਆਪਾਂ ਆ ਗਏ ਆਹ ਗੱਡੀ ਲਾਤੀ ਕੰਡੇ ਤੇ ਆਪਾਂ, ਠੀਕ ਹੈ, ਤੇ ਸਾਨੂੰ ਹੁਣ ਭਜਨ ਦਿਖਾਉਂਦੇ ਹਾਂ। ਚਲੋ ਹੁਣ ਤੁਹਾਨੂੰ ਅੰਦਰ ਜਾ ਕੇ ਮਿਲਦੇ ਹਾਂ। ਲਓ ਜੀ ਮਿੱਤਰੋ, ਗੱਡੀ ਦਾ ਅੰਦਰ ਆ ਗਈ, ਹੁਣ ਕੰਡਾ ਕੁੰਡਾ ਕਰਾ ਲਿਆ, ਹੁਣ ਹੁਣ ਅੱਗੇ ਭਰਨੀ ਸ਼ੁਰੂ ਕਰਦੇ। ਲਓ ਜੀ ਮਿੱਤਰੋ, ਗੱਡੀ ਆਪਣੀ ਅੰਦਰ ਲੱਗ ਗਈ ਆ। ਅਸੀਂ ਵਿਹਲੇ ਬੈਠੇ ਸੀ, ਸਾਡਾ ਕੰਮ ਹੈ ਨਹੀਂ ਸੀ ਕੋਈ, ਅਸੀਂ ਕਿਹਾ ਵੀ ਵਿਹਲੇ ਬੈਠੇ ਦਿਮਾਗ ਹੀ ਲਾ ਲਈਏ। ਆਹ ਟੈਪ ਦਾ ਸਟੈਂਡ ਬਣਾ ਤਾ, ਕਵਰ ਦਾ ਸਟੈਂਡ, ਇਹਨੂੰ ਪੇਚਾ ਨਾ ਕਸਣਾ ਆਪਾਂ। ਕੀ ਲੱਗਦਾ ਤੁਹਾਨੂੰ, ਕਸ ਹੋ ਜੂਗਾ? ਬਹੁਤ ਗੰਭੀਰ ਮਾਮਲਾ ਹੋਇਆ ਪਿਆ। ਕਿਵੇਂ ਲਾਈਏ ਸਟੈਂਡ? ਪਹਿਲਾਂ ਹੀ ਸੋਚਿਆ ਡਬਲ ਟੇਪ ਨਾਲ ਲਾ ਦਾਂਗੇ। ਡਬਲ ਟੇਪ ਨਾਲ ਸੋਚਿਆ ਸੀਗਾ ਵੀ ਪੇਚਾਂ ਨਾਲ ਲਾ ਦਿੰਦੇ ਹਾਂ, ਇਹ ਡਬਲ ਟੇਪ ਲਾਵਾਂਗੇ ਤਾਂ ਕਵਰ ਵੀ ਖਰਾਬ ਹੋ ਸਕਦਾ, ਕੁਛ ਵੀ ਕਰ ਸਕਦਾ। ਜੀ ਮਿੱਤਰੋ, ਗੱਡੀ ਭਰ ਗਈ ਅਤੇ ਕੰਡੇ ਕੁੰਡੇ ਆਪਣੇ ਕੰਪਲੀਟ ਹੋ ਗਏ ਸਾਰੇ, ਹੁਣ ਬਸ ਗੱਡੀ ਨੂੰ ਲੈ ਕੇ ਚੱਲਦੇ ਹਾਂ ਅਤੇ ਫਿਰ ਆਪਾਂ ਚੱਲਦੇ ਹਾਂ ਅੱਗੇ। ਮਿੱਤਰੋ, ਚੱਲ ਪਏ ਆਪਣੀ ਮੰਜ਼ਿਲ ਵੱਲ ਨੂੰ, ਮੰਡੀ ਗੁੰਜਗੜ੍ਹ ਤੋਂ ਚੱਲ ਪਏ ਆਪਾਂ। ਹੁਣ ਆਪਾਂ ਚੱਲ ਪਏ ਘਰੋਂ ਉਰੋਂ ਜੀ, ਬਾਕੀ ਹੁਣ ਤੁਹਾਨੂੰ ਅੱਗੇ ਜਾ ਕੇ ਮਿਲਦੇ ਹਾਂ। ਵਲੋਗ ਨਾਲ ਬਣੇ ਰਹੋ, ਬਹੁਤ ਵਧੀਆ ਬਣਨੇ ਵਾਲਾ ਵਲੋਗ। ਬਾਕੀ ਇਸ ਵਾਰ ਦੋ ਕੈਮਰਾਮੈਨ ਇਕੱਠੇ ਹੋ ਗਏ, ਬਣਨਾ ਚਾਹੀਦਾ ਇਸ ਵਾਰ ਦੋ ਦਿਮਾਗ ਇਕੱਠੇ ਹੋ ਗਏ, ਨਵੇਂ ਨਵੇਂ ਆਈਡੀਆ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ। ਬਾਕੀ ਮੰਡੀ ਗੋਬਿੰਦਗੜ੍ਹ ਨੇ ਹੁਣ ਕਰਦੇ ਆ ਬਾਏ ਬਾਏ, ਹਫ਼ਤੇ ਬਾਅਦ ਹੀ ਆਵਾਂਗੇ ਹੁਣ ਤਾਂ, ਫਿਰ ਦੇਖਦੇ ਹਾਂ ਬੰਦਾ। ਚਲੋ ਚੱਲਦੇ ਹਾਂ। ਲਓ ਜੀ ਮਿੱਤਰੋ, ਆਪਾਂ ਪਹੁੰਚ ਗਏ ਜੀ ਸਰਹੰਦ ਪਟਿਆਲਾ ਰੋਡ 'ਤੇ, ਜਿਹੜਾ ਆਪਣਾ ਸਰਹੰਦ ਤੋਂ ਪਟਿਆਲੇ ਨੂੰ ਜਾਂਦਾ, ਅਤੇ ਆਪਾਂ ਪਟਿਆਲੇ ਦੇ ਵਿੱਚ ਹੋ ਕੇ ਜਾਵਾਂਗੇ। ਰੋਡ ਵੀ ਦਿਖਣਾ ਚਾਹੀਦਾ ਮਾੜਾ ਜਿਹਾ, ਵਨ ਐਕਸ 'ਤੇ ਬਣ ਰਹੇ ਆ ਤਿੰਨ ਚਾਰ ਰੋਡ 'ਤੇ, ਕਾਫੀ ਬਹੁਤ ਭੀੜ ਹੁੰਦੀ ਹੈ, ਬਸ ਪਾਸ ਲੈਣ ਨੂੰ ਜਗ੍ਹਾ ਵੀ ਨਹੀਂ ਹੁੰਦੀ। ਇਸ ਟਾਈਮ ਰੋਡ ਖਾਲੀ ਪਿਆ, ਕੋਈ ਜ਼ਿਆਦਾ ਟ੍ਰੈਫਿਕ ਨਹੀਂ ਹੈਗੀ। ਇਹ ਲੋਕਾਂ ਨੂੰ ਆਦਤ ਆ, ਬਹੁਤ ਮਾੜੀ ਆਦਤ ਆ। ਬਾਕੀ ਹੁਣ ਤੁਹਾਨੂੰ ਮਿਲਦੇ ਹਾਂ ਆਪਾਂ ਅੱਗੇ ਹੀ ਜਾਂਦੇ, ਥੋੜ੍ਹੀ ਜਿਹੀ ਨਹੀਂ, ਤੁਸੀਂ ਥੋੜ੍ਹੇ ਟਾਈਮ ਲਾਈਫ ਇੰਜੋਏ ਕਰ ਲਓ। ਲਓ ਜੀ ਗਾਈਸ, ਪਹੁੰਚ ਗਏ ਹੈ ਪਟਿਆਲਾ। ਬਾਕੀ ਹਾਲੇ ਤਾਂ ਲਾਲ ਬੱਤੀ ਹੋਈ ਹੋਈ ਆ, ਚੈੱਕ ਕਰੋ ਇੰਸਟਾਗ੍ਰਾਮ 'ਤੇ ਚੈੱਕ ਕਰੋ। ਆਪਣੀ ਆਈ ਡੀ ਹੈਗੀ ਆ ਬੇਅੰਤ ਹਰੀ ਵੀਰੇ ਦੀ ਆਈ ਡੀ, ਤੁਹਾਨੂੰ ਮੈਨਸ਼ਨ ਕਰ ਦਾਂਗੇ ਥੱਲੇ, ਅਤੇ ਗੱਡੀ ਵਾਲੇ ਦੀ ਅਕਲ ਦੇਖ ਲਓ ਕਿੱਥੇ ਵੜ ਗਿਆ ਜਾ ਕੇ। ਅਤੇ ਆਹ ਸਕੂਟਰੀ ਵਾਲੇ ਪਿੱਛੇ ਪੀ ਪੀ ਕਰੀ ਜਾਂਦੇ, ਬਾਰਡਰ ਬੰਦ ਹੋਣ ਕਰਕੇ ਸਾਰੀ ਗੱਡੀ ਇੱਧਰ ਨੂੰ ਘੁੰਮ ਕੇ ਜਾਂਦੀਆਂ ਨੇ ਮਿੱਤਰੋ, ਤਾਂ ਫਿਰ ਆਪਾਂ ਇੱਧਰ ਨੂੰ ਹੀ ਜਾਣਾ ਸੀ, ਆਪਾਂ ਹੋਰ ਕਿੱਥੋਂ ਜਾਣਾ ਸੀ।
ਥੋੜੀ ਜਿਹੀ ਅੱਗੇ ਜਾ ਕੇ ਤੁਹਾਨੂੰ ਹੋਰ ਮਿਲਦੇ ਆ ਇੰਨੇ ਦਿਖਾਉਣ ਵਾਸਤੇ ਤਾਂ ਕੁਛ ਹੈ ਨਹੀਂ, ਹਨੇਰਾ ਹੀ ਆ ਨਾ ਰੋਡ ਤੇ ਕੁਛ। ਚਲੋ ਜੀ ਮਿੱਤਰੋ, ਚਲੋ ਹੋ ਗਈ ਮੱਤੀ ਵਾਲੀ, ਰੈੱਡ ਲਾਈਟ ਦਾ ਜਾਮ ਲੱਗ ਗਿਆ ਸੀ, ਹਲੇ ਵੀ ਨਹੀਂ ਚੱਲਦੇ ਕੋਈ। ਪਾਰਕ ਹੋਸਪਿਟਲ ਦੇ ਕੋਲ ਪਹੁੰਚ ਗਏ ਆਪਾਂ, ਇੱਧਰਲੀ ਸਾਈਡ ਸਾਹਮਣੇ ਪਾਰਕ ਹੋਸਪਿਟਲ। ਫੇਰ ਬੱਤੀ ਹੋ ਗਈ, ਹੋਰ ਰੈੱਡ ਲਾਈਟ ਹੋ ਗਈ। ਪਿੰਡਾਂ ਵਾਲਾ ਹੋਸਪਿਟਲ ਬਣਾਇਆ ਹੋਇਆ, ਜਾਮ ਬਹੁਤ ਛੇਤੀ ਲੱਗ ਜਾਂਦਾ। ਬਾਕੀ ਅਸੀਂ ਇੱਧਰ ਮੈਪ ਲਗਾ ਲਿਆ, ਦੇਖਦੇ ਕਿੰਨੇ ਕਿਲੋਮੀਟਰ ਜਾਂਚ ਪੜਤਾਲ ਕਰਾਂਗੇ ਅੱਜ ਕਿਲੋਮੀਟਰਾਂ ਦੀ। ਹਾਂ ਜਾਂ ਆਪਾਂ ਕੈਲਕੂਲੇਸ਼ਨਸ ਕਰਾਂਗੇ ਥੋੜ੍ਹੀ ਜਿਹੀ, ਹੈਂ ਜੀ। ਬਾਕੀ ਚੈੱਕ ਕਰੋ, ਆਹੀ ਆ ਲਓ ਜੀ ਮਿੱਤਰੋ, ਪਹਿਲਾ ਬ੍ਰੇਕ ਆਪਣਾ ਆਈਸਕ੍ਰੀਮ ਬ੍ਰੇਕ, ਜਾ ਕੇ ਆਈਸਕ੍ਰੀਮ ਖਾਂਦੇ ਹਾਂ, ਠੰਡੇ ਹੋਈਏ ਥੋੜ੍ਹੇ ਜਿਹੇ। ਆਪਾਂ ਪਹੁੰਚ ਕੇ ਦੇਵੀਗੜ੍ਹ ਪਾਰ ਕਰ ਰਹੇ ਹਾਂ, ਆਪਾਂ ਆਈਸਕ੍ਰੀਮ ਖਾਂਦੇ ਹਾਂ। ਠੰਡੇ ਠੰਡੇ ਹੋ ਜਾਣਗੇ, ਗਰਮੀ ਬਹੁਤ ਆ। ਲਓ ਜੀ ਗਾਈਸ, ਤੁਸੀਂ ਬਸ ਦੇਖ ਸਕਦੇ ਹੋ, ਤੁਸੀਂ ਖਾ ਨਹੀਂ ਸਕਦੇ, ਤੁਸੀਂ ਇੰਜੋਏ ਕਰੋ। ਸਿਨੇਮੈਟਿਕ ਸ਼ੌਟਸ। ਲਓ ਜੀ ਗਾਈਸ, ਲੱਛਾ ਪੀ ਲਿਆ, ਠੰਡੇ ਠੰਡੇ ਹੋ ਗਏ, ਗਰਮ ਹੋ ਗਏ ਥੋੜ੍ਹੇ ਥੋੜ੍ਹੇ, ਠੰਡੇ ਹੋ ਗਏ। ਅਸੀਂ ਹਲੇ ਪਿਲਾਉਣਾ ਨਹੀਂ, ਖੈਰ ਕੇ ਪਿਲਾਵਾਂਗੇ ਹਰਾ ਜੂਸ। ਬਾਕੀ ਆਪਾਂ ਹੁਣ ਜਿੱਦਾਂ ਇੱਦਾਂ ਜਾਣਾ ਬਸ, ਅੱਗੇ ਜਾ ਕੇ ਤਾਂ ਤੁਹਾਨੂੰ ਆਪਾਂ ਹਰਿਆਣੇ 'ਚ ਵੜ ਜਾਵਾਂਗੇ, ਫਿਰ ਆਪਾਂ ਟਾਈਮ ਲੈਪਸ ਵੀ ਦਿਖਾ ਦਾਂਗੇ ਅੱਗੇ ਕੀ ਹੋ ਗਿਆ। ਬਾਈ ਦਾ ਐਕਸੀਡੈਂਟ ਹੋ ਗਿਆ ਬਾਈ, ਉਹ ਸਾਹਮਣੇ ਹੈਗਾ, ਲੋਕ ਦੇਖ ਕੇ ਨਹੀਂ ਚੱਲ, ਤੇਜ਼ ਬਹੁਤ ਚੱਲਦੇ ਨੇ ਤੇ ਗਾਈਸ ਉਰੇ ਹੁਣੀ ਹੁਣੀ ਐਕਸੀਡੈਂਟ ਹੋ ਗਿਆ। ਸੋ ਰਾਤ ਦਾ ਟਾਈਮ ਆ, ਲੋਕ ਭਜਾਉਂਦੇ ਬਹੁਤ ਨੇ ਕਾਰਾਂ। ਹਾਂ ਉੱਥੋਂ ਹੀ ਨਿਕਲੀ ਆ ਸਕਾਰਪੀਓ, ਇਹਦਾ ਹੋਇਆ ਨੀ ਉਹਦਾ। ਹਾਂ ਇਹਨਾਂ ਦਾ ਹੋ ਗਿਆ ਹੈਗੀ ਆ ਆਪਣੀ ਸਕਾਰਪੀਓ, ਤੇ ਸਾਹਮਣੇ ਹੈਗੀ ਆ ਗੱਡੀ, ਸ਼ਕਲ ਏ ਵਿਗਾੜ ਦੀ ਪਤਾ ਨਹੀਂ ਲੱਗਦਾ ਕਿਹੜੀ ਆ, ਇਹ ਫੋਕਸ ਬੋਕਸ ਵੈਗਨ ਦੀ ਆ ਕੋਈ, ਮੈਨੂੰ ਲੱਗਦਾ ਛਿੱਲਤੀ ਸਾਰੀ ਉਹ ਨਹੀਂ, ਕਿਸੇ ਹੋਰ ਕਿਸੇ ਹੋਰ ਦੀ ਵੱਜੀ ਆ। ਭੱਜ ਗਿਆ ਹੋਣਾ ਕੋਈ, ਫਿਰ ਮਾਰ ਮੂਰ ਕੇ ਅੱਗੇ ਮਿਲੂਗਾ ਆਪਾਂ ਨੂੰ, ਕੋਈ ਗੱਲ ਨਹੀਂ। ਕਾਰ ਤੇ ਕਾਰ ਕੀ ਪਤਾ,
ਮੈਨੂੰ ਲੱਗਦਾ ਤਾਂ ਹੀ ਆਏ ਹੋਣੇ ਇਹਦੇ ਫੋਨ ਭੱਜ ਗਏ ਹੁਣ ਜਾਂ ਫਿਰ ਇਹਨੇ ਪਿੱਛੋਂ ਨਾ ਮਾਰੀ ਹੋਵੇ ਕਿਸੇ ਚ ਹਾਂ ਪਰ ਇਹ ਵੀ ਹੈ ਪਰ ਆਪਣਾ ਕਿਹੜਾ ਧਿਆਨ ਨਹੀਂ ਚਲੋ ਪਤਾ ਨੀ ਮਿੱਤਰੋ ਕੀ ਹੋਇਆ ਬਾਕੀ ਰੱਬ ਜਾਣਦਾ ਬਾਕੀ ਰੋਡ ਤੇ ਧਿਆਨ ਨਾਲ ਚੱਲਣਾ ਚਾਹੀਦਾ ਦੋ ਮਿੰਟ ਵੱਧ ਲੱਗ ਜਾਣਗੇ ਕੋਈ ਚੱਕਰ ਨਹੀਂ ਗੁਰਦੁਆਰੇ ਠੰਡਾ ਪਾਣੀ ਆਪਾਂ ਭਰ ਲਿਆ ਉੱਥੋਂ ਵਾਟਰ ਕੂਲਰ 'ਚ ਗਰਮ ਪਾਣੀ ਸੀਗਾ ਆਪਣੇ ਕੋਲ ਅਤੇ ਬਾਕੀ ਹੁਣ ਦੋ ਕੁ ਮਿੰਟ ਰੁਕੇ ਸੀ ਉਰੇ ਹੁਣ ਆਪਾਂ ਚੱਲਣ ਲੱਗੇ ਹਾਂ ਅਤੇ ਜਾਏ ਹੁਣ ਤੁਸੀਂ ਥੋੜ੍ਹੇ ਜਿਹੇ ਟਾਈਮ ਲੈਪਸ ਇੰਜੋਏ ਕਰੋ ਥੋੜ੍ਹੇ ਜਿਹੇ ਰਸਤੇ 'ਚ ਬਾਕੀ ਤੁਹਾਨੂੰ ਅੱਗੇ ਜਾ ਕੇ ਮਿਲਦੇ ਹਾਂ ਬਾਬਾ ਭਲੀ ਪਾਲੀ ਮਾੜਾ ਆ ਗੱਡੀ ਕਹਿੰਦੀ ਮੈਨੂੰ ਪਿਆਸ ਲੱਗੇ ਮੈਨੂੰ ਵੀ ਪਿਲਾਓ ਪੰਪ ਤੇ ਪਹੁੰਚ ਗਏ ਆਪਾਂ ਕਰਨਾਲ ਰਿਲਾਇੰਸ ਦਾ ਪੰਪ ਹੈਗਾ ਇਸ ਕੁਛ ਕਹਿਣਾ ਚਾਹੂੰਗੇ ਕੁਛ ਨਹੀਂ ਦਿਮਾਗ ਮੈਂ ਭੁੱਖ ਲੱਗ ਗਈ ਭੁੱਖ ਲੱਗ ਗਈ ਪਹਿਲੇ ਇਸਕੋ ਪਿਲਾ ਦੇ ਫਿਰ ਹਮ ਖਾ ਲਏ ਲਓ ਜੀ ਮਿੱਤਰੋ 10,000 ਕਾ ਡੀਜ਼ਲ ਪੜ ਗਿਆ ਇਸਮੇ ਅਭੀ ਟਾਇਰ ਟੂਇਰ ਚੈੱਕ ਹੋ ਰਹੇ ਹੈ ਟਾਇਰ ਟੂਰ ਪੂਰੇ ਹੈ ਦੇਖ ਲਈਏ ਫਿਰ ਆਪਾਂ ਚੱਲਦੇ ਹਾਂ ਅੱਗੇ ਨੂੰ
ਚਲੋ ਫਿਰ ਮਿਲਤੇ ਹੈ ਆਪਕੋ ਆਗੇ ਜਾ ਕੇ। ਦਿਖਾਉਂਦੇ ਸੀ ਆਪਣੀ ਗੁੰਡਾ ਕਰਤੇ ਪਾਸੇ ਕਰਦੇ। ਇਹ ਜੀ ਬਸ ਤੁਹਾਨੂੰ ਅੱਗੇ ਜਾ ਕੇ ਦੱਸਦੇ ਇਹਨਾਂ ਦੀ ਕਹਾਣੀ ਕੀ ਆ। ਬਾਕੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ, ਰੈਸਟ ਦਵਾ ਦੀ, ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ, ਚਾਹ ਚੂਹ ਪੀਂਦੇ ਹਾਂ। ਹੁਣ ਆਪਾਂ ਤੁਹਾਨੂੰ ਇਹਨਾਂ ਦੀ ਕਹਾਣੀ ਦੱਸਦੇ ਹਾਂ। ਕਹਾਣੀ ਦੇਖ ਲਓ ਤੁਸੀਂ, ਉਰੇ ਤੱਕ ਵੀ ਨਹੀਂ ਆ ਸਕਦੇ ਗੁਰਦੁਆਰੇ ਦਾ, ਕਿੰਨੀ ਦੂਰ ਹੈ ਗੁਰਦੁਆਰੇ ਤੋਂ ਆਪਾਂ। ਅਸਾਂ ਰੋਕਦੇ ਨਾਂਦੇ ਰੋਕੀਏ ਨਾ ਜਾਂਦੇ ਰੋਕੀਏ, ਪੈਸੇ ਮੰਗਦੇ ਨੇ ਲੋਕਾਂ ਤੋਂ। ਦੇਖ ਗਿਆ ਖਾਲਸਾ ਢਾਬੇ ਤੇ ਜਾ ਕੇ ਰੁਕਾਂਗੇ, ਟਾਈਮ ਤਾਂ ਖਾਲਸਾ ਹੋ ਗਿਆ, ਟਾਈਮ ਹੋ ਗਿਆ ਹੈ। ਤਿੰਨ 45 ਹੋ ਗਏ, ਕਿੰਨੇ ਹੋ ਗਏ? ਤਿੰਨ 24 ਹੋ ਗਿਆ ਜੀ। ਆਪਾਂ ਪਹੁੰਚਾਂਗੇ 4:30 ਪੰਜੇ ਵੱਜ ਜਾਣਗੇ, ਲੱਗ ਜੂ ਵਾਲੇ ਘੰਟਾ ਵੱਲੋਂ। ਚਲੋ ਹੁਣ ਜਾ ਕੇ ਡਾਬੇ ਭਰੀ ਮਿਲਦੇ ਹਾਂ। ਪਹੁੰਚ ਗਏ, ਅੱਗੇ ਇੱਧਰ ਲਾ ਜੀ, ਕਿਉਂਕਿ ਇਹਨਾਂ ਤਾਂ ਨਾਲ ਵਾਲਾ ਵੈਸੇ ਤਾਂ ਉੱਧਰ ਇੱਧਰ ਜਗ੍ਹਾ ਨਹੀਂ ਆਉਣੀ, ਜਗ੍ਹਾ ਘੱਟ ਆ, ਮਗਾ ਚੱਲ ਇੱਧਰ ਲਾ ਲੈਂਦੇ। ਸੋਤੇ ਆ ਆਰਾਮ ਸੇ, ਫੱਟੇ ਫੁੱਟੇ ਤਾਂ ਆਪਾਂ ਪਾਏ ਨਹੀਂ ਸੀ, ਕਿਉਂਕਿ ਬਾਲਾ ਕਰਦੇ ਨੇ ਯਾਰ, ਦਿਖੀ ਜਾਂਦਾ ਥਾਂ ਥਾਂ ਰੁਕੀ ਜਾਂਦੇ ਨੇ ਜੀ। ਫੱਟੇ ਫੁੱਟੇ ਪਾਏ ਹੁਣ ਲਹੂ ਪੀ ਰੱਖਦੇ ਨੇ। ਚਲੋ ਪੈਨੇ ਹੁਣ ਸਵੇਰੇ ਦੇਖਦੇ ਨੀ ਬਣਦਾ। ਨਾਲੇ ਧੋਣ ਕਰਿਆ ਸੀ ਆਪਾਂ, 6:39 ਹੋ ਗਏ, ਮਤਲਬ ਉਰੇ ਖੜੇ ਨੂੰ ਵੀ ਹੋ ਗਏ 10 ਮਿੰਟ ਤਾਂ, ਅਤੇ 221 ਕਿਲੋਮੀਟਰ ਆ ਗਏ ਉੱਥੋਂ। ਮੈਕਸ ਸਪੀਡ 1:64 'ਤੇ ਗਈ ਆ ਬਸ, ਐਵਰੇਜ ਸਪੀਡ 33 ਦੀ ਆਈ ਆ। ਦੱਸ ਦਿਉ ਸਾਰਾ ਕੁਛ, ਠੀਕ ਦੱਸ ਰਿਹਾ ਵੈਸੇ, ਲੱਗ ਗਏ ਹੋਣੇ 6 ਘੰਟੇ ਤਾਂ ਉੱਥੋਂ, ਸਹੀ ਬਤਾ ਰਿਹਾ ਹੈ ਇਹ। ਇੱਕੇ ਲਿਆਇਆ ਇੰਨੀ ਥੋੜ੍ਹੀ ਜੀ, ਦੋ ਚੱਕ ਫਿਰ ਐਦਾ ਘੰਟਾ ਚੀਜ਼ ਹੈ ਵੈਸੇ, ਉਹਨਾਂ ਨੂੰ ਬੰਦ ਕਰ ਦਈਏ, ਚੱਡੀ ਜਾਂਦਾ ਹਾਲੇ ਵੀ ਰੁਕਦਾ, ਅਤੇ ਰੋਕ ਦਿੰਦੇ ਹਾਂ ਅਤੇ ਕੱਲ੍ਹ ਫਿਰ ਚਲਾ ਲਾਂਗੇ। ਅਬ ਇਸਕੋ ਬੰਦ ਕਰ ਦਿੱਤੇ ਹਾਂ, ਅਬ ਤੂੰ ਆਰਾਮ ਕਰ ਲੈ, ਚਾਰਜ ਹੋ ਜਾ। ਲਓ ਜੀ ਮਿੱਤਰੋ, ਹੋ ਗਈ ਗੁੱਡ ਮੋਰਨਿੰਗ, ਸਵੇਰ ਹੋ ਗਈ, ਅਗਲਾ ਦਿਨ ਹੋ ਗਿਆ। ਰਾਤ ਆਪਾਂ ਇੱਥੇ ਖੜ੍ਹੇ ਸੀਗੇ, ਇੱਧਰ ਉਹ ਰਿਹਾ ਢਾਬਾ ਸਾਹਮਣੇ, ਉੱਧਰ ਜਗ੍ਹਾ ਨਹੀਂ ਸੀਗੀ ਸਾਹਮਣੇ ਵਾਲੀ ਪਾਰਕਿੰਗ 'ਚ, ਫਿਰ ਆਪਾਂ ਇੱਧਰ ਖੜ੍ਹ ਗਏ।
ਤੇ ਰਾਤ ਥੱਕੇ ਹੋਏ ਸੀਗੇ, ਫਿਰ ਅਸੀਂ ਸੋ ਸੂ ਗਏ, ਵਲੋਗ ਐਂਡ ਕਰਨਾ ਹੀ ਭੁੱਲ ਗਏ। ਮੈਂ ਕਿਹਾ ਚਲੋ ਹੁਣ ਕਰ ਦਿੰਦੇ ਹਾਂ ਵਲੋਗ ਐਂਡ। ਜੇ ਵਲੋਗ ਵਧੀਆ ਲੱਗਿਆ ਇੱਥੋਂ ਤੱਕ ਦੇਖ ਲਿਆ ਤੁਸੀਂ ਤਾਂ ਉਹਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਠੀਕ ਆ, ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹੋਰ ਵਧੀਆ ਵਧੀਆ ਵੀਡੀਓ ਦੇਖਣ ਲਈ, ਵਧੀਆ ਵਧੀਆ ਵਲੋਗ ਦੇਖਣ ਲਈ। ਬਾਕੀ ਬਸ ਸਪੋਰਟ ਕਰੀ ਜਾਓ, ਵਧੀਆ ਵਧੀਆ ਵਲੋਗ ਆਉਂਦੇ ਰਹਿਣਗੇ।